ਕੀ ਹੈ ਕਿ ਤੁਸੀਂ ਇਹੀ ਗੱਲਾਂ ਬੋਲ ਤੁਹਾਡੇ ਧੀਆਂ ਭੈਣਾਂ ਘਰ 'ਚ ਹੈਗੀਆਂ ਸਾਰਿਆਂ ਦੇ ਇਹੀ ਗੱਲਾਂ ਤੁਹਾਨੂੰ ਇੰਨੀ ਕੀ ਤਹਿਜ਼ੀਬ ਸਿਖਾਈ ਹੈ ਵੀ ਔਰਤ ਦੀ ਇੱਜ਼ਤ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਤੁਸੀਂ ਲੋਕ ਇਸ ਤਰੀਕੇ ਮੈਂ ਸਵਾਲ ਦਾ ਜਵਾਬ ਦਿੰਨੀ ਆ ਪਰ ਤੁਸੀਂ ਸਪੀਕਰ ਸਾਹਿਬ ਨੂੰ ਬੋਲਾ ਕਹਿ ਕੇ ਬੁਲਾਉਣਾ ਬਹੁਤ ਨਿੰਦਣਯੋਗ ਹੈ ਵੀਰ ਜੀ ਇਦਾਂ ਨਹੀਂ ਚੰਗਾ ਲੱਗਦਾ ਨਹੀਂ ਚੰਗਾ ਲੱਗਦਾ ਜੀ ਤੁਸੀਂ ਵੱਡੇ ਹੋ ਸਿਆਣੇ ਹੋ ਪਲੀਜ਼ ਸੁਣਿਆ ਕਰੋ ਬਹਿ ਕੇ ਕੋਈ ਸਵਾਲ ਆ ਤਾਂ ਮਾਣ ਜਿਤਨਾ ਪੁੱਛੋ ਜਵਾਬ ਮਿਲ ਜਾਣਗੇ ਕਾ ਤੋਂ ਇੰਨਾ ਜ਼ਿਆਦਾ ਹੰਗਾਮਾ ਬੀਬਾ ਅਨਮੋਲ ਗਗਨ ਮਾਨ ਸੈਰ ਸਪਾਟਾ ਮੰਤਰੀ ਪੰਜਾਬ ਜਵਾਬ ਦੇਣਗੇ ਬਠਿੰਡਾ ਪਲਾਂਟ ਵਾਲਾ ਨਾਰੇ ਰਿਕਾਰਡ ਨਾ ਕੀਤੇ ਜਾਣ ਮਾਨਯੋਗ ਸਪੀਕਰ ਸਾਹਿਬ ਮੈਂ ਪਹਿਲਾਂ ਇਸ ਪਵਿੱਤਰ ਸਦਨ ਦੇ ਸਪੀਕਰ ਨੂੰ ਬੋਲਾ ਕਹਿ ਕੇ ਸੰਬੋਧਨ ਕਰਨ ਉੱਤੇ ਬਹੁਤ ਹੀ ਨਿੰਦਿਆ ਕਰਦੀ ਹਾਂ ਵਿਰੋਧੀ ਧਿਰ ਦੀ ਇਹ ਬੜਾ ਲੰਬਾ ਸਮਾਂ ਸਿਆਸਤ 'ਚ ਰਹੇ ਨੇ ਇੱਦਾਂ ਦਾ ਨੈਗੇਟਿਵ ਮਾਹੌਲ ਕ੍ਰੀਏਟ ਕਰਨਾ ਤੇ ਮੈਂ ਤੁਹਾਡੀ ਦਰਿਆ ਦਿਲੀ ਨੂੰ ਉੱਚ ਵਿਚਾਰਾਂ ਨੂੰ ਸਲੂਟ ਕਰਦੀ ਹਾਂ ਜਿਹੜਾ ਤੁਸੀਂ ਸਾਰਾ ਕੁਝ ਬਰਦਾਸ਼ਤ ਕਰ ਰਹੇ ਹੋ ਕਿਉਂਕਿ ਪੰਜਾਬ ਦੇ ਲੋਕਾਂ ਦੇ ਮਸਲੇ ਰੱਖੇ ਜਾ ਰਹੇ ਤੁਸੀਂ ਤਜਰਬੇਕਾਰ ਲੋਕ ਹੋ ਜੇ ਅਸੀਂ ਸ਼ੁਰੂ ਨਹੀਂ ਕੀਤਾ ਤੇ ਇੰਨਾ ਨੈਗੇਟਿਵ ਮਾਹੌਲ ਕ੍ਰੀਏਟ ਕੀਤਾ ਹੋਇਆ ਕਿ ਇੱਥੇ ਕੰਨ ਦੁਖਦੇ ਨੇ ਜੀ ਕੰਨ ਦੁਖਦੇ ਆ ਜੀ ਤੁਸੀਂ ਵੱਡੇ ਹੋ ਸਿਆਣੇ ਹੋ ਸੁਣ ਤਾਂ ਲਓ ਐਡੇ ਸਤਿਕਾਰਯੋਗ ਸ਼ਖਸੀਅਤ ਹੈ ਸਰ ਬੜੇ ਅਦਬ ਦੇ ਨਾਲ ਮੰਤਰੀ ਜੀ ਤੁਸੀਂ ਜਵਾਬ ਦਿਓ ਬੜੇ ਅਦਬ ਨਾਲ ਪਿਆਰ ਨਾਲ ਉਹ ਤੁਹਾਨੂੰ ਸਮਾਂ ਦਿੰਦੇ ਨੇ ਸੁਣਦੇ ਨੇ ਮੰਤਰੀ ਜੀ ਤੁਸੀਂ ਜਵਾਬ ਦਿਓ ਅਸੀਂ ਮਾਣਯੋਗ ਸ਼ਖਸੀਅਤ ਨੂੰ ਬੋਲਾ ਕਹਿ ਕੇ ਬੁਲਾਉਣਾ ਕਿੰਨੀ ਕਿ ਚੰਗੀ ਗੱਲ ਹੈ ਚੰਗੀ ਗੱਲ ਹੈ ਮਾਹੌਲ ਕ੍ਰੀਏਟ ਕਰਨਾ ਪੰਜਾਬ ਦੇ ਲੋਕ ਆ ਪੰਜਾਬ ਦੇ ਧੀਆਂ ਪੁੱਤਾਂ ਦੇ ਮਸਲੇ ਹੱਲ ਕਰ ਰਹੇ ਆ ਫੇਰ ਵੀ ਆਪਾਂ ਇਹੋ ਜਿਹਾ ਮਾਹੌਲ ਕ੍ਰੀਏਟ ਕਰਦੇ ਆ ਮੰਤਰੀ ਜੀ ਜਵਾਬ ਦਿਓ ਸਵਾਲ ਦਾ ਜੀ ਸਵਾਲ ਤੇ ਕੋਈ ਗੱਲ ਨਹੀਂ ਬਾਬੇ ਨਾਨਕ ਨੇ ਮਿਹਰ ਕੀਤੀ ਸਾਰਾ ਕੁਝ ਹੋ ਜਾਣਾ ਪੰਜਾਬ 'ਚ ਹੋਰ ਕੋਈ ਮੁੱਦਾ ਹੈ ਹੀ ਨਹੀਂ ਤੁਹਾਡੇ ਕੋਲ ਮੁੱਦਾ ਹੀ ਇੱਕਾ ਇੱਕ ਬੰਦੇ ਦੀ ਔਰਤਾਂ ਦੀ ਚੇਅਰ ਨੂੰ ਐਡਰੈਸ ਕੀਤਾ ਜਾਵੇ ਔਰ ਸਵਾਲ ਦਾ ਜਵਾਬ ਦਿੱਤਾ ਜਾਵੇ ਨਹੀਂ ਸਵਾਲ ਦਾ ਜਵਾਬ ਦਿਓ ਹਲੇ ਦੇਖੋ ਤੁਹਾਡੀ ਸੋਚ ਏਡੀ ਕੀ ਹੈ ਕਿ ਤੁਸੀਂ ਇਹੀ ਗੱਲਾਂ ਬੋਲ ਤੁਹਾਡੇ ਧੀਆਂ ਭੈਣਾਂ ਘਰ 'ਚ ਹੈਗੀਆਂ ਸਾਰਿਆਂ ਦੇ ਇਹੀ ਗੱਲਾਂ ਤੁਹਾਨੂੰ ਇੰਨੀ ਕੀ ਤਹਿਜ਼ੀਬ ਸਿਖਾਈ ਹੈ ਵੀ ਔਰਤ ਦੀ ਇੱਜ਼ਤ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਤੁਸੀਂ ਲੋਕ ਇਸ ਤਰੀਕੇ ਮੈਂ ਸਵਾਲ ਦਾ ਜਵਾਬ ਦਿੰਨੀ ਆ ਪਰ ਤੁਸੀਂ ਸਪੀਕਰ ਸਾਹਿਬ ਨੂੰ ਬੋਲਾ ਕਹਿ ਕੇ ਬੁਲਾਉਣਾ ਬਹੁਤ ਨਿੰਦਣਯੋਗ ਹੈ ਵੀਰ ਜੀ ਇੱਦਾਂ ਨਹੀਂ ਚੰਗਾ ਲੱਗਦਾ ਨਹੀਂ ਚੰਗਾ ਲੱਗਦਾ ਜੀ ਤੁਸੀਂ ਵੱਡੇ ਹੋ ਸਿਆਣੇ ਹੋ ਪਲੀਜ਼ ਸੁਣਿਆ ਕਰੋ ਬਹਿ ਕੇ ਕੋਈ ਸਵਾਲ ਆ ਤਾਂ ਮਾਣ ਜਿਤਨਾ ਪੁੱਛੋ ਜਵਾਬ ਮਿਲ ਜਾਣਗੇ ਕਾ ਤੋਂ ਇੰਨਾ ਜ਼ਿਆਦਾ ਹੰਗਾਮਾ ਮੈਂ ਮਾਫੀ ਚਾਹੂੰਗੀ ਬਠਿੰਡੇ ਝੀਲਾਂ ਉੱਤੇ ਹਲੇ ਫਿਲਹਾਲ ਕੋਈ ਵੀ ਵਿਭਾਗ ਦੇ ਵਿੱਚ ਤਜਵੀਜ਼ ਨਹੀਂ ਹੈ ਬਟ ਆਉਣ ਵਾਲੇ ਸਮੇਂ 'ਚ ਤੁਹਾਡੀ ਇਸ ਮੰਗ ਉੱਤੇ ਅਸੀਂ ਜ਼ਰੂਰ ਵਿਚਾਰ ਕਰਾਂਗੇ ਜੀ ਬਹੁਤ ਬਹੁਤ ਧੰਨਵਾਦ